ਪੰਜਾਬ ਦੇ ਮੁੱਖ ਮੰਤਰੀ ਦੀਆਂ ਔਰਬਿਟ ਬੱਸਾਂ ਦਾ ਖੂਨੀ ਖੇਡ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੰਗਰੂਰ ਪਟਿਆਲਾ ਹਾਈਵੇ ਤੇ ਤੇਜ਼ ਰਫ਼ਤਾਰ ਡੱਬ ਵਾਲੀ ਟਰਾਂਸਪੋਰਟ ਦੀ ਬੱਸ ਨੇ ਇੱਕ ਸਬਜ਼ੀ ਵੇਚਣ ਵਾਲੇ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਸਬਜ਼ੀ ਵੇਚਣ ਵਾਲਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਪਟਿਆਲਾ ਹਸਪਤਾਲ ਭੇਜਿਆ ਗਿਆ। ਇਸ ਤੋਂ ਬਾਅਦ ਬੱਸ ਦਾ ਡਰਾਈਵਰ ਤੇ ਕੰਡਕਟਰ ਫਰਾਰ ਹੋ ਗਏ ਨੇ ਤੇ ਇਸ ਹਾਦਸੇ ਬਾਰੇ ਜਿਵੇਂ ਹੀ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਪਤਾ ਲੱਗਿਆ ਤਾਂ ਉੱਥੇ ਭਾਰੀ ਸੰਖਿਆ ਦੇ ਵਿੱਚ ਪਹੁੰਚ ਕੇ ਲੋਕਾਂ ਨੇ ਸੜਕ ਤੇ ਜਾਮ ਲਗਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੂੰ ਭੀੜ ਹਟਾਉਣ ਦੇ ਲਈ ਆਪਣੇ ਜ਼ੋਰ ਦਾ ਪ੍ਰਯੋਗ ਕਰਨਾ ਪਿਆ। ਪਿੰਡ ਘਾਬਦਾ ਇਹ ਜਿਹੜਾ ਸਾਡੇ ਪਿੰਡ ਦਾ ਬੰਦਾ ਸੀ, ਬਿਲਕੁਲ ਸਹੀ ਸਾਈਡ ਆ ਰਿਹਾ ਸੀ, ਸਬਜ਼ੀ ਦਾ ਕੰਮ ਕਰਦਾ, ਗਰੀਬ ਬੰਦਾ, ਨਿੱਕੇ ਨਿੱਕੇ ਬੱਚੇ ਨੇ ਤੇ ਗਫੂਰ ਖਾਂ ਇਹਦਾ ਨਾਮ ਹੈ, ਤੇ ਬਾਦਲ ਦੀ ਦੇਖੋ ਬੱਸ ਸਿੱਧੀ ਰੋਂਗ ਸਾਈਡ ਆ ਰਹੀ ਸੀ, ਜੇ ਕੋਈ ਹੋਰ ਆਦਮੀ ਰੋਂਗ ਸਾਈਡ ਆਉਂਦਾ ਜਦੇ ਪੁਲਿਸ ਵਾਲੇ ਗਾਹ ਫੜ ਕੇ ਚਲਾਨ ਕਰ ਦਿੰਦੇ। ਪਰ ਇਹਨਾਂ ਲੋਕਾਂ ਦਾ ਕੋਈ ਚਲਾਨ ਨਹੀਂ, ਇਹਨਾਂ ਦਾ ਕੋਈ ਪਰਮਿਟ ਨਹੀਂ, ਜਿੰਨੇ ਮਰਜ਼ੀ ਬੰਦੇ ਮਾਰਨ ਕੋਈ ਪਰਵਾਹ ਨਹੀਂ। ਪੁਲਿਸ ਵਾਲੇ ਇਹਨਾਂ ਨੇ ਸਿਰਫ ਰਾਖੀ ਕਰਨ ਭੇਜੇ ਨੇ ਵੀ ਸਾਡੀ ਬੱਸ ਦੀ ਰਾਖੀ ਕਰੋ, ਕੋਈ ਨਾ ਇਹਨੂੰ ਕੋਈ ਅੱਗ ਨਾ ਲਾ ਦੇ, ਕੋਈ ਕੁਝ ਹੋਰ ਨਾ ਕਰਦੇ। ਪੁਲਿਸ ਵਾਲੇ ਸਿਰਫ ਲੋਕਾਂ ਨੂੰ ਸਾਈਡ ਤੇ ਕਰ ਰਹੇ ਨੇ, ਸਾਈਡ ਤੇ ਹੋ ਜਾਓ। ਸਾਨੂੰ ਇਹ ਚਾਹੁੰਦਾ ਵੀ ਸਾਡੇ ਜਿਹੜੇ ਗਰੀਬ ਬੰਦਾ ਮਰੇਗਾ ਉਹਨੂੰ ਸਾਫ ਮਿਲਣਾ ਚਾਹੀਦਾ, ਇਹਨਾਂ ਨੂੰ ਬਾਦਲ ਸਰਕਾਰ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਬਹੁਤ ਤੇਜ਼ ਰਫ਼ਤਾਰ ਤੇ ਸੀਗੀ ਜਿਹੜੇ ਇਹਨਾਂ ਦਾ ਬੇਕਾਬੂ ਹੋ ਕੇ ਉਸ ਬੰਦੇ ਦੇ ਵਿੱਚ ਵੱਜਿਆ। ਹਾਲਤ ਉਹਦੀ ਗੰਭੀਰ ਆ, ਨਿੱਕੇ ਨਿੱਕੇ ਬੱਚੇ ਨੇ, ਦੱਸੋ ਉਹਦੇ ਗਰੀਬ ਬੰਦੇ ਦਾ ਕੀ ਬਣੂ। ਬਸ ਉਹਨਾਂ ਨੂੰ ਤੇ ਜਿਹੜਾ ਜ਼ਖਮੀ ਸੀਗਾ ਉਹਨੂੰ ਅਸੀਂ ਐਂਬੂਲੈਂਸ ਵਿੱਚ ਪਾ ਕੇ ਪਟਿਆਲੇ ਭੇਜਤਾ, ਉੱਥੋਂ ਦੀ ਡਿਟੇਲ ਅਸੀਂ ਨਹੀਂ ਪਤਾ ਲੱਗਿਆ ਵੀ ਕੀ ਹਾਲ ਹੈ। ਮੈਂ ਜ਼ਖਮੀ ਲਈ ਹਸਪਤਾਲ ਭੇਜਿਆ ਸੀਗਾ। ਇੱਥੇ ਜਿੱਦਾਂ ਸਭ ਲੋਕ ਪਿੰਡਾਂ ਦੇ ਇਕੱਠੇ ਹੋ ਜਾਂਦੇ ਨੇ, ਉਹਨੂੰ ਸਮਝਾਇਆ ਗਿਆ ਵੀ ਜਿਹੜੀ ਬਣਦੀ ਕਾਰਵਾਈ ਸੀ ਕਰਾਂਗੇ, ਬੱਚਾ ਵੀ ਦੇਵਾਂਗੇ, ਜੋ ਰੋਡ ਕਾਰਨ ਕੋਈ ਜ਼ਰੂਰਤ ਜਾਵੇਗੀ। ਕਿਹਦੀ ਬੱਸ ਸੀ, ਕਿਹੜੀ ਬੱਸ ਸੀ, ਕਿੱਥੋਂ ਜਾ ਰਹੀ ਸੀ, ਕਿਹੜੀ? ਇਹ ਮਰਸੀ ਬੈਂਜ ਬੱਸ ਹੈ, ਮੈਨੂੰ ਇਹਦਾ ਨਹੀਂ ਪਤਾ ਕਿਹੜੀ ਬੱਸ ਹੈ, ਮਰਸੀ ਬੈਂਜ ਬੱਸ ਹੈਗੀ। ਕਿਹੜੀ ਕੰਪਨੀ? ਇਹ ਬਠਿੰਡੇ ਵੱਲੋਂ ਮਰਸੀ ਬੈਂਜ ਲਿਖਿਆ, ਮੈਂ ਤਾਂ ਅਜੇ ਹੁਣੇ ਆਈ ਹਾਂ, ਮਰਸੀ ਬੈਂਜ ਹੈ ਅਤੇ ਬਠਿੰਡੇ ਵੱਲੋਂ ਇਹ ਜਾ ਰਹੀ ਸੀ ਪਟਿਆਲੇ ਵੱਲ। ਇਹਦੇ ਉੱਤੇ ਡੱਬਾ ਵਾਲੀ ਟਰਾਂਸਪੋਰਟ ਕੰਪਨੀ? ਨਹੀਂ, ਮੈਂ ਪੜ੍ਹਿਆ ਨਹੀਂ ਗੱਲ। ਇਹ ਰੋਂਗ ਸਾਈਡ ਜਾ ਰਹੀ ਸੀ? ਇਹ ਰੋਂਗ ਸਾਈਡ ਨਹੀਂ, ਵਨ ਵੇ ਟ੍ਰੈਫਿਕ ਹੋਈ ਹੈ, ਉਦੋਂ ਟ੍ਰੈਫਿਕ ਬੰਦ ਕਰਕੇ ਸਾਰੀ ਟ੍ਰੈਫਿਕ ਵਨ ਵੇ ਚੱਲਦੀ ਪਈ। ਬਿਲਕੁਲ ਜੀ, ਜੋ ਐਕਸੀਡੈਂਟ ਦਾ ਬੱਚਾ ਹੋਇਆ ਉਹਦੇ ਬੱਚੇ ਦਾ ਠੀਕ ਹੈ, ਤਣਾਅ ਵੱਲ ਠੀਕ ਹੈ, ਲੋਕਾਂ ਸਮਝਾਇਆ ਵੀ ਠੀਕ ਹੈ, ਜਿਹੜਾ ਜਿਹਨੇ ਜੋ ਜੁਰਮ ਕੀਤਾ ਉਹਦੀ ਕਾਰਵਾਈ ਦੇਖ ਕੀਤੀ ਜਾਊਗੀ। ਆਪਾਂ ਨੂੰ ਨਹੀਂ, ਡਰਾਈਵਰ ਨਹੀਂ ਮੌਕੇ 'ਤੇ ਮਿਲਿਆ, ਡਰਾਈਵਰ ਅੱਗੇ ਪਿੱਛੇ ਹੋ ਗਿਆ, ਪਰ ਅਸੀਂ ਫੜ ਲਾਂਗੇ ਜੀ, ਪਤਾ ਜਿਹੜਾ ਬੱਸ ਦਾ ਡਰਾਈਵਰ ਪਤਾ ਉਹਨੇ ਕੌਣ ਚੱਲਿਆ, ਉਹ ਅਸੀਂ ਕਾਬੂ ਕਰ ਲਾਂਗੇ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।